ਪਿਛਲੇ ਲੰਬੇ ਸਮੇਂ ਤੋਂ ਆਪਣੀ ਹੱਕਾਂ ਦੀ ਮੰਗਾਂ ਦੇ ਲਈ ਪੰਜ ਬੱਸ ਮੁਲਾਜ਼ਮਾਂ ਵੱਲੋਂ ਸਮੇਂ-ਸਮੇਂ ਤੇ ਹੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ। ਪਰ ਸਰਕਾਰ ਦੇ ਕੰਨਾਂ ਤੇ ਯੂੰ ਤੱਕ ਰੇਂਗਦੀ ਨਹੀਂ ਦਿਸਦੀ। ਇਸੇ ਦੇ ਚੱਲਦੇ ਅੱਜ ਇੱਕ ਵਾਰ ਮੁੜ ਕੇ ਇਹਨਾਂ ਕਾਮਿਆਂ ਵੱਲੋਂ ਹੜਤਾਲ ਕੀਤੀ ਗਈ ਹੈ ਤੇ 2 ਘੰਟੇ ਦੇ ਲਈ ਬੱਸ ਸਟੈਂਡ ਜਿਹੜਾ ਉਹ ਖਾਲੀ ਕਰਵਾਇਆ ਗਿਆ। ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਬੱਸ ਸਟੈਂਡ ਇਸ ਵੇਲੇ ਜਿਹੜਾ ਖਾਲੀ ਪਿਆ ਹੋਇਆ, ਕੋਈ ਵੀ ਬੱਸ ਸਟੈਂਡ ਦੇ ਅੰਦਰ ਨਹੀਂ ਹੈਗੀ। ਸਾਰੀਆਂ ਬੱਸਾਂ ਜਿਹੜੀਆਂ ਉਹ ਬਾਹਰ ਕੱਢੀਆਂ ਗਈਆਂ ਨੇ ਤਾਂ ਜੋ ਸਰਕਾਰ ਖਿਲਾਫ ਆਪਣਾ ਰੋਸ ਜ਼ਾਹਰ ਕੀਤਾ ਜਾ ਸਕੇ। ਇਸ ਮੌਕੇ ਮੁਲਾਜ਼ਮਾਂ ਨੇ ਇੱਕੋ ਹੀ ਮੰਗ ਕੀਤੀ ਹੈ ਕਿ ਜੋ ਸਰਕਾਰ ਨੇ ਦਾਅਵੇ ਵਾਅਦੇ ਚੋਣਾਂ ਵੇਲੇ ਕੀਤੇ ਸਨ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਏਗਾ ਸਰਕਾਰ ਬਣਦੇ ਹੀ, ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਏ ਤਾਂ ਜੋ ਉਹ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕਰ ਸਕਣ। ਸਰ, ਕਾਫੀ ਲੰਬੇ ਸਮੇਂ ਤੋਂ ਅਸੀਂ ਤੁਹਾਡੇ ਚੈਨਲ ਰਾਹੀਂ ਹਰ ਵਾਰੀ ਸਰਕਾਰ ਨੂੰ ਦੱਸਦੇ ਹਾਂ ਕਿ ਸਰਕਾਰ ਨਾਲ ਸਾਡੀ ਕੱਲ੍ਹ ਵੀ ਜਿਹੜੀ 22 ਤਰੀਕ ਦੀ ਮੀਟਿੰਗ ਸੀ ਤੇ ਜਿੱਥੇ ਟਰਾਂਸਪੋਰਟ ਮੰਤਰੀ ਮੌਕੇ ਤੋਂ ਭੱਜ ਗਏ ਨੇ, ਜਿਨ੍ਹਾਂ ਨੇ ਸਾਡੇ ਨਾਲ ਮੀਟਿੰਗ ਕਰਨ ਤੋਂ ਇਨਕਾਰ ਕਰਤਾ, ਜਿਹੜੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਆ, ਉਹਦੇ ਵਿੱਚ ਕੋਈ ਵੀ ਮਸਲਾ ਹੱਲ ਨਹੀਂ ਹੋਇਆ। ਸਾਡੀਆਂ ਮੰਗਾਂ ਬੜੇ ਲੰਬੇ ਸਮੇਂ ਤੋਂ ਨੇ, ਜਿਵੇਂ ਕੱਚੇ ਕਾਮੇ ਪੱਕੇ ਕਰਨ ਵਾਲੀਆਂ ਮੰਗਾਂ ਨੇ, ਕੁਝ ਕਾਮੇ ਸਾਡੇ ਜਿਨ੍ਹਾਂ ਨੇ ਬਲੈਕਲਿਸਟ ਕੀਤੇ ਉਹ ਵਾਲੀ ਮੰਗਾਂ ਨੇ ਸਾਡੀਆਂ, ਤਨਖਾਹ ਦਾ ਵਾਧਾ ਸਾਡਾ, ਸਾਡਾ ਕੋਈ ਏਰੀਆ ਲੈਣ ਵਾਲਾ, ਇਹ ਕਾਫੀ ਮੰਗਾਂ ਨੇ ਜਿਹੜੇ ਮਲ ਮਿਲ ਕੇ, ਪਰ ਜਿਹੜੀਆਂ ਮੰਗਾਂ ਇਹ ਸਾਡੀਆਂ ਪੂਰੀਆਂ ਨਹੀਂ ਕਰ ਰਹੀ ਸਰਕਾਰ। ਵੇਖੋ ਜੀ, 2 ਘੰਟੇ ਵਾਸਤੇ ਪੂਰੇ ਸੰਪੂਰਨ ਪੰਜਾਬ ਦਾ ਸਮੁੱਚਾ ਜਿਹੜਾ ਬੱਸ ਸਟੈਂਡ ਉਹ ਬੰਦ ਆ, ਚਾਹੇ ਉਹ PRTC ਚਾਹੇ ਉਹ ਪੰਜਾਬ ਰੋਡ ਵਿੱਚ ਚਾਹੇ ਪੰਨ ਬੱਸ ਹੈ। ਦੇਖੋ ਜੀ, ਅਸੀਂ ਤਾਂ ਕਰਨਾ ਨਹੀਂ ਚਾਹੁੰਦੇ, ਪਰ ਜੇ ਪੰਜਾਬ ਸਰਕਾਰ ਜਦੋਂ ਅਸੀਂ ਮੀਟਿੰਗ ਕਰਨ ਜਾਂਦੇ ਹਾਂ ਸਾਡੇ ਨਾਲ ਮੀਟਿੰਗ ਨਹੀਂ ਕਰਦੀ ਤੇ ਫਿਰ ਸਾਨੂੰ ਕੁਝ ਨਾ ਕੁਝ ਮਜਬੂਰ ਜਿਹੜਾ ਕਰਨਾ ਪੈਂਦਾ। ਸਰਕਾਰ ਸਾਡੇ ਕੋਲ ਮਜਬੂਰ ਕਰਾਉਂਦੀ ਆ, ਸਾਡਾ ਨਹੀਂ ਦਿਲ ਕਰਦਾ ਜਿਵੇਂ ਕਿਸੇ ਨੂੰ ਮਤਲਬ ਤੰਗ ਪਰੇਸ਼ਾਨ ਕਰੀਏ। ਜੱਜ ਦੇ ਬੰਦ ਤੋਂ ਬਾਅਦ ਵੀ ਜਿਹੜੀ ਸਰਕਾਰ ਹੈ ਕਿਸੇ ਫੈਸਲੇ 'ਚ ਨਹੀਂ ਆਉਂਦੀ, ਅਗਲਾ ਕੀ ਐਕਸ਼ਨ ਹੋਏਗਾ ਜੀ? ਅੱਜ ਤੋਂ ਬਾਅਦ ਵੀ ਸਰਕਾਰ ਨਹੀਂ ਆਉਂਦੀ ਤਾਂ 3 ਤਰੀਕ ਨੂੰ ਜਿਹੜੀ 29 ਤਰੀਕ ਨੂੰ ਅਸੀਂ ਜਿਹੜੀ ਕਾਲੀ ਦੀਵਾਲੀ ਮਨਾਉਣ ਜਾ ਰਹੇ ਹਾਂ ਤੇ 3 ਤਰੀਕ ਨੂੰ ਜਿਹੜਾ ਅਸੀਂ ਆਪਣਾ ਐਕਸ਼ਨ ਲਿਖਾਂਗੇ, ਉਸ ਤੋਂ ਬਾਅਦ ਜਿੱਥੇ ਜਿੱਥੇ ਵੀ ਜਿਮਨੀ ਚੋਣਾਂ ਹੋਣ ਜਾ ਰਹੀਆਂ ਉੱਥੇ ਉੱਥੇ ਅਸੀਂ ਵੱਡੇ ਕਾਫਲਿਆਂ ਦੇ ਵਿੱਚ ਜਾ ਕੇ ਤੇ ਲੋਕਾਂ ਨੂੰ ਦੱਸਾਂਗੇ ਵੀ ਇਹ ਸਰਕਾਰ ਕੀ ਕਰ ਰਹੀ ਹੈ ਤੇ ਕਿਵੇਂ ਕਿਵੇਂ ਮੁਲਾਜ਼ਮਾਂ ਨਾਲ ਧੱਕੇਸ਼ਾਹੀਆਂ ਕਰ ਰਹੀ ਹੈ ਤੇ ਕਿਸੇ ਵੀ ਕਿਸਾਨ ਸਮੁੱਚਾ ਕਿਸਾਨ ਜਿਹੜਾ ਪੰਜਾਬ ਦਾ ਰੋਡ ਤੇ ਬੈਠਾ ਆ, ਕਿਸੇ ਵੀ ਮੁਲਾਜ਼ਮ ਨੂੰ ਜਿਹੜਾ ਜਿੰਨੇ ਜਿੰਨੇ ਮੁਲਾਜ਼ਮ ਸਾਰੇ ਰੋਡਾਂ ਤੇ ਬੈਠੇ ਆ, ਕਿਸੇ ਵੀ ਕੁਝ ਨਹੀਂ ਮਿਲਿਆ, ਜਿਹੜੀ ਸਰਕਾਰ ਆ ਉਹ ਨਾਕਾਮ ਹੋ ਗਈ। ਅੱਜ ਸਰ ਬੰਦ ਦਾ ਸੱਤਾ ਦਿੱਤਾ ਨਹੀਂ, ਇਹ ਪੰਜਾਬ ਸਰਕਾਰ ਦੀ ਨਾਕਾਮੀ ਹੈ। ਜਿਹੜੀ ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਕਹਿੰਦੇ ਸੀ ਸਾਰੇ ਪੰਜਾਬ ਦੇ ਸਮੂਹ ਵਿਭਾਗਾਂ ਦੇ ਅੰਦਰ, ਠੇਕੇਦਾਰੀ ਸਿਸਟਮ ਅੰਦਰ ਤੇ ਕੰਟਰੈਕਟ ਦੇ ਅੰਦਰ ਵਰਕਰ ਕੰਮ ਕਰ ਰਹੇ ਆ। ਪਹਿਲੀਆਂ ਸਰਕਾਰਾਂ ਜਿਹੜੀਆਂ ਸੀ, ਪਹਿਲਾਂ ਕਾਂਗਰਸ ਦੀ ਸਰਕਾਰ ਸੀ, ਉਹ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸੱਤਾ 'ਚ ਆਏ ਸੀ ਕਿ ਆਉਂਦੇ ਸਾਰੀ ਸਮੂਹ ਵਿਭਾਗਾਂ ਦੇ ਅੰਦਰ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਏਗਾ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਪੂਰਾ ਵਿਸ਼ਵਾਸ 'ਚ ਲਿਆ ਇਹਨਾਂ ਨੇ ਕਿ ਸਾਨੂੰ ਵੋਟਾਂ ਪਾਓ, ਅਸੀਂ ਤੁਹਾਡੇ ਘਰ ਦੇ ਜਿਹੜੇ ਬੱਚੇ ਠੇਕੇ ਤੇ ਕੰਟਰੈਕਟ ਤੇ ਵਿਭਾਗਾਂ ਅੰਦਰ ਕੰਮ ਕਰ ਰਹੇ ਆ ਇਹਨਾਂ ਨੂੰ ਆ ਕੇ ਪੱਕਾ ਕਰਾਂਗੇ। ਆਹ ਵੇਖੋ ਜੀ, ਮੇਰਾ ਹਰਾ ਪੈਨ ਇਹ ਆਂਦੇ ਚਲਾਇਆ ਜਾਏਗਾ। ਅੱਜ 4 ਸਾਲ ਬੀਤ ਗਏ ਆ ਤੇ CM ਸਾਹਿਬ ਨੂੰ ਟਰਾਂਸਪੋਰਟ ਮਹਿਕਮੇ ਵੱਲ ਕੋਈ ਧਿਆਨ ਨਹੀਂ ਦੇ ਰਹੇ, ਇਹ ਮਹਿਕਮਾ ਬੰਦ ਦੀ ਕਗਾਰ ਤੇ ਆ ਗਿਆ। ਅੱਜ ਕੱਲ CM ਸਾਹਿਬ ਦੇ ਬਿਆਨ ਆ ਰਹੇ ਸੀ ਕਿ ਅਸੀਂ ਟੀਚਰਾਂ ਨੂੰ ਗਾਈਡ ਕਰਨ ਵਾਸਤੇ ਫਿਨਲੈਂਡ ਭੇਜ ਰਹੇ ਹਾਂ। ਕੀ ਗੱਲ, ਪੰਜਾਬ ਦੇ ਅੰਦਰ ਸਰਕਾਰੀ ਸਕੂਲਾਂ ਵੱਲ ਧਿਆਨ ਦਿੱਤਾ ਜਾ ਰਿਹਾ, ਇਹ ਵੀ ਸਰਕਾਰ ਦਾ ਹੀ ਮਹਿਕਮਾ। CM ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ, ਇਸ ਟਰਾਂਸਪੋਰਟ ਦੇ ਮਹਿਕਮੇ ਵੱਲ ਧਿਆਨ ਦਿਓ। ਇੱਥੇ ਵੀ ਠੇਕੇ ਅੰਦਰ ਤੇ ਕੰਟਰੈਕਟ ਅੰਦਰ ਲੰਬੇ ਸਮੇਂ ਤੋਂ ਵਰਕਰ ਕੰਮ ਕਰ ਰਹੇ ਆ, ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲ ਰਿਹਾ, ਇਹ ਵਰਕਰ ਹੜਤਾਲ ਕਰਕੇ ਬਿਲਕੁਲ ਰਾਜ਼ੀ ਨਹੀਂ। ਆ ਜਿਹੜੀ ਹੜਤਾਲ ਹੋਈ ਹੈ ਇਹ ਟਰਾਂਸਪੋਰਟ ਮੰਤਰੀ ਦੀ ਨਾਕਾਮੀ ਕਾਰਨ ਹੋਈ ਹੈ, ਜਿਨ੍ਹਾਂ ਨੇ 4 ਸਾਲ ਤੋਂ ਇਸ ਮਹਿਕਮੇ ਵੱਲ ਰਤਾ ਵੀ ਧਿਆਨ ਨਹੀਂ ਦਿੱਤਾ। ਤੇ ਆਉਣ ਵਾਲੇ ਸਮੇਂ 'ਚ ਇਹ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਜੇ ਇਹਨਾਂ ਵਰਕਰਾਂ ਦੀਆਂ ਮੰਗਾਂ ਦਾ ਹੱਲ ਕੋਈ ਠੋਸ ਨਾ ਕੱਢਿਆ ਗਿਆ ਤੇ ਆਉਣ ਵਾਲੇ ਸਮੇਂ 'ਚ ਕੋਈ ਨਾ ਕੋਈ ਗੁਪਤ ਐਕਸ਼ਨ ਲੀਕੇ ਜਾਣਗੇ। ਆਉਣ ਵਾਲੇ ਸਮੇਂ 'ਚ 3 ਤਰੀਕ ਨੂੰ ਜਿਹੜੀਆਂ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਚੱਬੇਵਾਲ ਤੇ ਬਰਨਾਲਾ, 3 ਤਰੀਕ ਨੂੰ ਰੋਸ ਮਾਰਚ ਉੱਥੇ ਕੱਢਿਆ ਜਾਏਗਾ, 9 ਤਰੀਕ ਨੂੰ ਗਿੱਦੜਬਾਹਾ ਡੇਰਾ ਬਾਬਾ ਨਾਨਕ ਰੋਸ ਮਾਰਚ ਉੱਥੇ ਕੱਢਿਆ ਜਾਏਗਾ। ਜੇ ਫਿਰ ਵੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤੇ ਆਉਣ ਵਾਲੇ ਸਮੇਂ 'ਚ ਕੋਈ ਹੋਰ ਐਕਸ਼ਨ ਲੀਕੇ ਜਾਣਗੇ।